ਥਾਣਾ ਸਰਹਾਲੀ ਦੇ ਅਧੀਨ ਆਉਂਦੇ ਨੈਸ਼ਨਲ ਹਾਈਵੇ ਤੇ ਬਣੇ ਪੈਟਰੋਲ ਪੰਪ ਤੇ ਅਣਪਛਾਤੇ ਹਥਿਆਰਬੰਦ ਲੋਕਾਂ ਵੱਲੋਂ ਲੁੱਟ ਕੀਤੀ ਗਈ, ਜਿਸ ਦੀ ਸੀਸੀਟੀਵੀ ਮਦਦ ਨਾਲ ਪੁਲਿਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਇਸ ਮੌਕੇ ਤੇ ਪੈਟਰੋਲ ਪੰਪ ਦੇ ਕਰਿੰਦੇ ਨੇ ਦੱਸਿਆ ਕਿ 6 ਅਣਪਛਾਤੇ ਨੌਜਵਾਨ, ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਸਨ, ਉਹਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉੱਥੇ ਪੁਲਿਸ ਵੱਲੋਂ ਹੁਣ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੇਰਾ ਨਾਮ ਸੁਰਜੀਤ ਸਿੰਘ, ਕਿਹੜਾ ਪੰਪ ਹੈ? ਦਸਤਗੀਰ ਆਟੋ ਫਿਊਲ ਲਾਲੀ ਭਾਜੀ ਸਰਬਜੀਤ ਸਿੰਘ, ਸਰਬਜੀਤ ਸਿੰਘ ਦਾ ਨਾਮ ਆ। ਰਾਤ 12:15 ਵਜੇ ਨਾਲ ਮੂੰਹ 'ਚ ਬੰਨ ਕੇ ਬੰਦੇ ਆਏ ਆ, ਉਹਨਾਂ ਸਾਨੂੰ ਕੁੱਟਿਆ ਮਾਰਿਆ, ਸ਼ੀਸ਼ੇ ਫਿਰ ਤੋੜ ਗਏ, ਐਲਸੀਡੀਆਂ ਤੋੜ ਗਏ, ਏਟੀਐਮ ਮਸ਼ੀਨਾਂ ਤੋੜ ਗਏ, ਸਭ ਕੁਛ ਕਰ ਗਏ ਆ। ਅਤੇ ਆਪਾਂ ਨੂੰ ਮਾਰ ਕੁੱਟ ਕੇ ਅਤੇ ਭੱਜ ਗਏ, 3-4 ਹਜ਼ਾਰ ਰੁਪਏ ਲੈ ਕੇ ਭੱਜ ਗਏ। ਅਤੇ ਇੱਧਰ ਇਹ ਹੈਗੇ 6-7 ਜਣੇ, ਪੈਦਲ ਹੀ ਆਏ, ਨੰਗੇ ਪੈਰੀ ਆਏ, ਨੰਗੇ ਪੈਰੀ ਭੱਜ ਗਏ ਇੱਥੇ। ਮੇਰਾ ਨਾਮ ਸਰ ਸਰਬਜੀਤ ਹੈ। ਮੇਰਾ ਸਰ ਸਰਿਆੜੀ ਦਸਤਗੀਰ ਆਟੋ ਫਿਊਲ ਪੈਟਰੋਲ ਪੰਪ ਹੈ ਜੀ। ਇਹ ਰਾਤ ਅਪਰੋਕਸੀਮੇਟਲੀ 12:45 ਦੀ ਗੱਲ ਆ, 6 ਜਣੇ ਆਏ ਆ। 6 ਜਣੇ ਨੇ ਪਹਿਲਾਂ ਆਣ ਕੇ ਮੁੰਡਿਆਂ ਕੋਲ ਚਾਬੀਆਂ ਮੰਗੀਆਂ ਵੀ ਸਾਨੂੰ ਸਟੋਰ ਦੀਆਂ ਸਾਰੀਆਂ ਸ਼ੋਰੂਮ ਦੀਆਂ ਚਾਬੀਆਂ ਦਿਓ। ਉਹਨਾਂ ਕਿਹਾ ਚਾਬੀਆਂ ਸਾਡੇ ਕੋਲ ਹੈਗੀਆਂ ਨੇ। ਫਿਰ ਉਹਨਾਂ ਨੂੰ ਮਾਰਿਆ ਕੁੱਟਿਆ, ਕੈਸ਼ ਉਹਨਾਂ ਕੋਲ ਖੋਲਿਆ। ਉਸ ਤੋਂ ਬਾਅਦ ਉਹਨਾਂ ਨੇ ਕਿਰਪਾਨਾਂ ਦੇ ਨਾਲ ਸ਼ੋਰੂਮ ਦੇ ਦਰਵਾਜ਼ੇ ਤੋੜੇ ਆ। ਉਸ ਤੋਂ ਬਾਅਦ ਮੇਰੇ ਆਫਿਸ ਦਾ ਦਰਵਾਜ਼ਾ ਤੋੜਿਆ, ਸਾਡਾ ਆਟੋਮੇਸ਼ਨ ਦਾ ਸਾਰਾ ਸਿਸਟਮ ਤੋੜ ਕੇ, ਫਿਰ ਸਾਡਾ ਕੈਮਰੇ ਸੀਸੀ ਕੈਮਰੇ ਦੀ ਜਿਹੜੇ ਆ ਸਕਰੀਨ ਆ ਉਹ ਤੋੜਤੀ। ਤਾਂ ਬੜਾ ਇਹਨਾਂ ਦੀ ਮੁੰਡਿਆਂ ਮੇਰਿਆਂ ਦੀ ਬੜੀ ਕੁੱਟਮਾਰ ਕੀਤੀ ਜੀ। ਬੜਾ ਅਸੀਂ ਦੁਖੀ ਹਾਂ ਇੱਥੋਂ, ਕਿਉਂਕਿ ਇੱਥੋਂ 2 ਮਹੀਨੇ ਪਹਿਲਾਂ ਵੀ ਸਾਡੇ ਇੱਥੇ ਖੋਹ ਹੋਈ ਆ, ਅਤੇ ਇਸ ਤੋਂ ਪਹਿਲਾਂ ਵੀ ਇੱਥੇ ਟਰੱਕ ਬੱਸ ਕਈ ਕੁਝ ਲੁੱਟਦੇ ਆ ਇਸ ਏਰੀਏ ਦੇ ਚਾਹ 2-3 ਕਿਲੋਮੀਟਰ ਦੇ। ਅਸੀਂ ਤਾਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਇਹੋ ਚਾਹੁੰਦੇ ਵੀ ਸਾਡਾ ਜਿਹੜੀ ਆ ਰੱਖਿਆ ਕੀਤੀ ਜਾਏ। ਅਸੀਂ ਪੈਟਰੋਲ ਪੰਪ ਸਰਹਾਲੀ ਰੋਡ 'ਤੇ, ਹਰੀਕੇ ਤਰਨ ਤਾਰਨ ਰੋਡ 'ਤੇ ਸਰਹਾਲੀ ਮੌਜੂਦ ਹੈ। ਇੱਥੇ ਸਰਬਜੀਤ ਸਿੰਘ ਲਾਲੀ ਆ, ਰਣਜੀਤ ਐਵਨਿਊ ਅੰਮ੍ਰਿਤਸਰ ਦਾ ਰਹਿਣ ਵਾਲਾ, ਇਹਦਾ ਪੈਟਰੋਲ ਪੰਪ ਆ। ਇਹਨੇ 3 ਕਰਿੰਦੇ ਰੱਖੇ ਜੀ। ਇਹਦੇ ਦੱਸਣ ਮੁਤਾਬਕ ਰਾਤੀ 12:30 ਵਜੇ 6 ਨੌਨ ਪਰਸਨ ਆਏ ਇੱਥੇ, ਅਤੇ ਉਹਦੇ ਜਿਹੜੇ ਕਰਿੰਦਿਆਂ ਨਾਲ ਕੁੱਟਮਾਰ ਕੀਤੀ ਆ, ਅਤੇ 3,000 ਰੁਪਇਆ ਉਹਦੇ ਕੋਲ ਉਹ ਸਨੈਚ ਕਰਕੇ ਲੈ ਗਏ, ਇੱਕ ਮੋਬਾਈਲ ਲੈ ਕੇ। ਸੀਸੀਟੀਵੀ ਦੀ ਫੁਟੇਜ ਚੈੱਕ ਕਰ ਰਹੇ ਹਾਂ, ਉਹ ਜਲਦੀ ਇਹਨਾਂ ਨੂੰ ਅਰੈਸਟ ਕਰ ਲਵਾਂਗੇ ਟਰੇਸ ਕਰਕੇ।